अमृतसर तो वड्डी खबर आई है। बुधवार नूं जदों पिंड भकना दे विच शुभदीप सिंह सिद्धू मूसेवाले दे कतल विच शामिल दो शार्प शूटरां दा पुलिस ने एनकाउंटर कर दित्ते जाण दी जानकारी दित्ती। इह जानकारी AGTF दे मुखी प्रमोद बान ने दित्ती है। उन्होंने दस्सिया कि गैंगस्टर मन्नू अते जगरूप रूपा उन्हां दी दोवें पासे चले मुकाबले दे विच मौत हो गई है। नाल ही पंजाब पुलिस ने ट्वीट करके भी जानकारी दित्ती कि पुलिस ने इन्हां दे कोलों AK-47 भी रिकवर कीती है, पर इस बारे कोई तसदीक नहीं किया गया कि उही AK-47 है जिसके नाल सिद्धू मूसेवाले नूं मारिया गया जां फिर कोई होर ये हथियार है। होर भी बहुत वड्डी मात्रा दे विच असला इन्हां दे कोलों बरामद होया है। पुलिस दे सीनियर अफसर खुद घटना वाली थां ते पहुंचे हुए सन। पुलिस ने मक्की दे खेत विच एक घर च लुके बदमाशां नूं बाहर कढ़न दे लई बख्तरबंद गड्डियां भी मंगवाईयां। DGP गौरव यादव भी मौके ते पहुंचे हुए सन। ਘਰਿੰਡਾ ਹੁਸ਼ਿਆਰਪੁਰ ਨਗਰ ਸੜਕ ਤੇ ਪਿੰਡ ਭਕਨਾ ਦੇ ਨੇੜੇ ਪੁਲਿਸ ਨੂੰ ਇੱਕ ਘਰ ਦੇ ਵਿੱਚ ਜਿਹੜੇ ਫਰਾਰ ਗੈਂਗਸਟਰ ਨੇ ਜਿਹੜੇ ਪੰਜਾਬ ਦੇ ਨਾਲ ਹੀ ਸੰਬੰਧਿਤ ਨੇ ਦੋਵੇਂ ਸ਼ਾਰਪ ਸ਼ੂਟਰ ਸੀਗੇ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਸ਼ਾਮਿਲ ਸਨ। ਇਹਨਾਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਰੂਪਾ ਤੇ ਮਨੂ ਇਹਨਾਂ ਦਾ ਨਾਮ ਹੈ। ਪੁਲਿਸ ਨੇ ਚਾਰੇ ਪਾਸਿਆਂ ਤੋਂ ਇਸ ਜਗ੍ਹਾ ਨੂੰ ਘੇਰ ਲਿਆ ਜਿੱਥੇ ਇਹਨਾਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਸਰੈਂਡਰ ਕਰਨ ਦੇ ਲਈ ਪੁਲਿਸ ਨੇ ਕਾਫੀ ਵਾਰੀ ਇਹਨਾਂ ਨੂੰ ਇਨਫੋਰਮ ਕੀਤਾ। ਇਹ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਸਾਰੀ ਜਿਹੜੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ, ਪੁਲਿਸ ਨੇ ਵਾਰੀ ਵਾਰੀ ਅਨਾਊਂਸਮੈਂਟ ਕੀਤੀ ਕਿ ਤੁਸੀਂ ਬਾਹਰ ਆ ਜਾਓ, ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਸਰੈਂਡਰ ਕਰਨ ਦੀ ਥਾਂ ਅੱਗੇ ਤੋਂ ਗੋਲੀਆਂ ਚਲਾ ਦਿੱਤੀਆਂ। ਜਵਾਬ ਦੇ ਵਿੱਚ ਫਾਇਰਿੰਗ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ, ਉਸ ਤੋਂ ਬਾਅਦ ਪੁਲਿਸ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਗੈਂਗਸਟਰਾਂ ਤੇ ਪੁਲਿਸ ਦੇ ਵਿਚਾਲੇ ਕਈ ਘੰਟੇ ਸਖਤ ਮੁਕਾਬਲਾ ਚੱਲਿਆ। ਉਸ ਤੋਂ ਬਾਅਦ ਪੁਲਿਸ ਕਮਾਂਡੋ ਇਸ ਘਰ ਦੀ ਇਮਾਰਤ ਦੇ ਉੱਤੇ ਚੜ੍ਹ ਗਏ। ਹੱਥ ਹਿਲਾ ਕੇ ਉਹਨਾਂ ਨੇ ਮੁਕਾਬਲਾ ਖਤਮ ਹੋਣ ਦੀ ਪੁਸ਼ਟੀ ਕੀਤੀ। ਇਸ ਮੁਕਾਬਲੇ ਦੇ ਵਿੱਚ 3 ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੇ ਇਸ ਮੌਕੇ ਕਵਰੇਜ ਕਰ ਰਹੇ ਇੱਕ ਵੀਡੀਓ ਜਰਨਲਿਸਟ ਨੂੰ ਵੀ ਗੋਲੀ ਲੱਗੀ ਹੈ, ਯਾਨੀ ਕਿ ਕੈਮਰਾਮੈਨ ਨੂੰ ਗੋਲੀ ਲੱਗੀ ਹੈ। ABP ਨਿਊਜ਼ ਦੇ ਨਾਲ ਸੰਬੰਧਿਤ ਕੈਮਰਾਮੈਨ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਤੋਂ। ਇਹਨਾਂ ਦੇ ਇਸ ਪੱਤਰਕਾਰ ਦੀ ਲੱਤ ਦੇ ਵਿੱਚ ਗੋਲੀਆਂ ਦੇ ਸ਼ਰੇ ਵੱਜੇ ਨੇ, ਇਹ ਵੀ ਹਸਪਤਾਲ ਦੇ ਵਿੱਚ ਦਾਖਲ ਹੈ। ਪੁਲਿਸ ਨੇ ਪਿੰਡ ਵਿੱਚ ਆਉਣ ਜਾਣ ਵਾਲੇ ਸਾਰੇ ਰਾਹ ਘੇਰ ਲਏ ਸਨ। ਜਦੋਂ ਪੁਲਿਸ ਨੇ ਕਾਬੂ ਕਰਨ ਦੇ ਲਈ ਘੇਰਾ ਪਾਇਆ ਤਾਂ ਗੈਂਗਸਟਰਾਂ ਨੇ ਪਹਿਲਾਂ ਗੋਲੀ ਚਲਾਈ, ਇਹ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਪੁਲਿਸ ਮੁਕਾਬਲੇ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪਰੇਸ਼ਨ ਸੈੱਲ ਤੇ ਹੋਰ ਪੁਲਿਸ ਦੇ ਜਵਾਨ ਸ਼ਾਮਿਲ ਸਨ। ਮੌਕੇ ਤੇ ਵੱਡੀ ਭੀੜ ਹੋ ਗਈ ਸੀ ਲੋਕਾਂ ਦੀ। ਇਹਨਾਂ ਦੇ ਵਿੱਚੋਂ ਇੱਕ ਮੌਜੂਦ ਸਥਾਨਕ ਵਾਸੀ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਮੱਕੀ ਦੇ ਖੇਤ ਵਿੱਚ ਉਹਨਾਂ ਦੇ ਪਿੰਡ ਦੇ ਨੇੜੇ ਕੁਝ ਬਦਮਾਸ਼ ਲੁਕੇ ਹੋਏ ਸੀ। ਸਵੇਰ ਤੋਂ ਹੀ ਪੁਲਿਸ ਦੀ ਕਾਰਵਾਈ ਚੱਲ ਰਹੀ ਸੀ। ਇੱਕ ਹੋਰ ਚਸ਼ਮਦੀਦ ਬਲਵੰਤ ਸਿੰਘ ਨੇ ਦੱਸਿਆ ਕਿ ਇਹ ਇਲਾਕਾ ਪਿੰਡ ਭਕਨਾ ਕਲਾਂ ਚੀਚਾ ਤੇ ਹੁਸ਼ਿਆਰਪੁਰ ਦੇ ਦਰਮਿਆਨ ਆਉਂਦਾ ਹੈ। ਸਵੇਰੇ ਸਵੇਰੇ ਕੁਛ ਜਿਹੜੇ ਬਦਮਾਸ਼ ਨੇ ਖੇਤ ਰਾਹੀਂ ਖੇਤਾਂ ਦੇ ਵਿੱਚੋਂ ਦੀ ਵੜ ਕੇ ਉੱਥੇ ਮੌਜੂਦ ਬੰਬੀ ਦੇ ਵਿੱਚ ਲੁਕ ਗਏ ਸੀ। ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਫਿਰ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਦੱਸਿਆ ਕਿ ਮੇਰਾ ਪੁੱਤਰ ਵੀ ਉੱਥੇ ਮੌਜੂਦ ਸੀ ਤੇ ਪੁੱਤਰ ਨੂੰ ਤਾਂ ਪੁਲਿਸ ਨੇ ਹਿਫਾਜ਼ਤ ਦੇ ਵਿੱਚ ਲੈ ਲਿਆ ਕਿਉਂਕਿ ਇੱਕ ਆਮ ਨਾਗਰਿਕ ਸੀ ਤੇ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਵੀ ਜ਼ਖਮੀ ਹੋਏ ਨੇ। ਇਹ ਜਾਣਕਾਰੀ ਚਸ਼ਮਦੀਦ ਬਲਵੰਤ ਸਿੰਘ ਨੇ ਦੱਸੀ ਤੇ ਜਿੰਨਾ ਚਿਰ ਮੁਕਾਬਲਾ ਚੱਲਦਾ ਰਿਹਾ, ਸਵੇਰੇ 10:30 ਇਹ ਕਾਰਵਾਈ ਸ਼ੁਰੂ ਹੋਈ ਸੀ ਤੇ ਜਿੰਨਾ ਚਿਰ ਮੁਕਾਬਲਾ ਚੱਲਦਾ ਰਿਹਾ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਫੈਲੀ ਰਹੀ ਤੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਜਮ੍ਹਾਂ ਹੋਏ ਰਹੇ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਪੁਲਿਸ ਨੇ ਕਰ ਦਿੱਤੀ ਹੈ ਕਿ ਦੋਵੇਂ ਗੈਂਗਸਟਰ ਮਨਦੀਪ ਸਿੰਘ ਮੰਨੂ ਅਤੇ ਜਗਰੂਪ ਸਿੰਘ ਰੂਪਾ ਮਾਰੇ ਗਏ ਨੇ, ਪਰ ਹਾਲੇ ਤੱਕ ਇਹਨਾਂ ਦੀ ਕੋਈ ਮ੍ਰਿਤਕ ਦੇਹ ਜਾਂ ਕੋਈ ਇਸ ਤਰ੍ਹਾਂ ਦੀ ਨਿਸ਼ਾਨਦੇਹੀ ਤਸਦੀਕ ਹੈ ਜਿਹੜੀ ਉਹ ਨਹੀਂ ਕੀਤੀ ਗਈ ਹੈ, ਪਰ ਪੁਲਿਸ ਦਾ ਦਾਅਵਾ ਹੈ ਕਿ ਦੋਨੇ ਗੈਂਗਸਟਰ ਮਾਰ ਦਿੱਤੇ ਗਏ ਨੇ। ਤੇ ਇਸ ਐਨਕਾਊਂਟਰ ਤੋਂ ਬਾਅਦ ਇੱਕ ਹੋਰ ਜਾਣਕਾਰੀ ਮਿਲ ਰਹੀ ਹੈ। ਸ਼ੂਟਰ ਜਗਰੂਪ ਸਿੰਘ ਰੂਪਾ ਦੇ ਪਿਤਾ ਦੇ ਵੱਲੋਂ ਇਹ ਜਾਣਕਾਰੀ ਮਿਲੀ ਹੈ। ਮੀਡੀਆ ਹਵਾਲਿਆਂ ਦੇ ਨਾਲ ਇਹ ਜਾਣਕਾਰੀ ਇਹ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਜਗਰੂਪ ਸਿੰਘ ਰੂਪਾ ਦਾ ਪਿਤਾ ਆਪਣੇ ਪੁੱਤ ਦੀ ਲਾਸ਼ ਲੈਣ ਨਹੀਂ ਜਾਏਗਾ। ਰੂਪਾ ਅੰਮ੍ਰਿਤਸਰ ਦੇ ਪੱਟੀ ਦੇ ਨੇੜਲੇ ਪਿੰਡ ਜੋੜਾ ਦਾ ਰਹਿਣ ਵਾਲਾ ਸੀ। ਜੋੜਾ ਦੇ ਖੇਤਾਂ 'ਚ ਬਣੇ ਉਸਦੇ ਘਰ ਦੇ ਵਿੱਚ ਪੂਰੀ ਤਰ੍ਹਾਂ ਸੁੰਨਸਾਨ ਪਸਰੀ ਹੋਈ ਹੈ ਪਿਛਲੇ ਕਈ ਦਿਨਾਂ ਤੋਂ। ਉਸ ਦਿਨ ਤੋਂ ਹੀ ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ। ਹਾਲਾਂਕਿ ਪਿਤਾ ਨੇ ਜਿਹੜੇ ਉਹ ਮੀਡੀਆ ਨੂੰ ਮਿਲੇ ਵੀ ਹਨ। ਮੀਡੀਆ ਨੇ ਜਗਰੂਪ ਸਿੰਘ ਰੂਪਾ ਦੇ ਘਰ ਤੱਕ ਪਹੁੰਚ ਕੀਤੀ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਘਰ ਅੰਦਰ ਵੜਨ ਦੀ ਆਗਿਆ ਨਹੀਂ ਦਿੱਤੀ। ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਵੀ ਦੂਰੀ ਬਣਾ ਕੇ ਰੱਖੀ। ਹਾਲਾਂਕਿ ਰੂਪਾ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਜੇ ਜਗਰੂਪ ਸਿੰਘ ਰੂਪਾ ਨੇ ਕਿਸੇ ਦੇ ਪੁੱਤ ਦਾ ਕਤਲ ਕੀਤਾ ਹੈ ਤਾਂ ਪੁਲਿਸ ਨੇ ਵੀ ਉਸਦਾ ਮੁਕਾਬਲਾ ਬਣਾ ਦਿੱਤਾ ਹੈ, ਉਸਦਾ ਮੁਕਾਬਲਾ ਕਰ ਦਿੱਤਾ ਹੈ, ਉਸਨੂੰ ਮਾਰ ਦਿੱਤਾ ਹੈ ਤੇ ਉਹ ਆਪਣੇ ਪੁੱਤ ਦੀ ਲਾਸ਼ ਲੈਣ ਨਹੀਂ ਜਾਣਗੇ।
इस तो पहला जदों सिद्धू मूसेवाले का कतल होया सी रूपा का नाम सामने आया सी तां मापिया ने कहा सी कि जगरूप सिंह रूपा दियां अपराधिक गतिविधियां तो दुखी होकर परिवार ने बहुत लंबा समा पहला ही उसनू घर विचों बेदखल कर रखिया सी। इसे तरह होर भी बहुत सारे अजिहे मुलजम ने जिन्हां दे मापिया ने यही रिएक्ट किया कि जे उन्हां दे पुत ने किसी होर दे पुत नू मारिया है तां उहनू भी चाहे मार दिओ, सानू कोई लोड़ नहीं है।